ਸ਼ਲੋਕ ਮਹੱਲਾ ਪੰਜਵਾਂ। ਜਾਂ ਤੂੰ ਤੁਸੈ ਮਿਹਰਬਾਨ ਅਚਿੰਤ ਵਸੈ ਮਨ ਮਾਹੇ, ਜਾਂ ਤੂੰ ਤੁਸੈ ਮਿਹਰਬਾਨ ਨੌ ਨਿਧੀ ਘਰ ਮੈਂ ਪਾਏ। ਜਾਂ ਤੂੰ ਤਰੁੱਠੈ ਤੁਸੈ ਕਹਿਤ। ਅੱਛਾ ਜੀ, ਜੇ ਤੂੰ ਪ੍ਰਸੰਨ ਹੋ ਜਵੇਂ, ਖੁਸ਼ ਹੋ ਜਵੇਂ ਮਿਹਰਬਾਨ, ਕਿੱਦਾਂ ਰਹਿ ਦੋਗੇ ਮਨ ਵਿੱਚ ਵਸਦਾ? ਇੱਕ ਮਿਹਰਬਾਨ ਹੋਣਾ, ਇੱਕ ਮਿਹਰਬਾਨ ਹੋ ਕੇ ਕੁਝ ਦੇਣੇ। ਅੱਛਾ ਜੀ, ਜਾਂ ਤੂੰ ਤੁਸੈ ਮਿਹਰਬਾਨ ਨੌ ਨਿਧੀ ਘਰ ਮੈਂ ਪਾਏ। ਨੌ ਨਿਧੀ ਘਰ ਦੇ ਵਿੱਚ ਪੈ ਜਾਂਦੀ ਹੈ ਨਵਾਂ ਖਜ਼ਾਨਾ। ਨੌ ਨਿਧਾਂ ਦਾ ਨੌ ਪ੍ਰਕਾਰ ਦੀ ਭਗਤੀ ਨਹੀਂ ਹੈ, ਨੌ ਖਜ਼ਾਨੇ ਨਹੀਂ ਹੁੰਦੇ। ਅੱਛਾ ਜੀ, ਨੌ ਨਿਧੀ ਜੇ ਨੌ ਨਿਧੀ ਹੈ ਤਾਂ ਮਾਇਆ ਹੈ ਉਹ, ਮਾਇਆ ਮਿਲ ਗਈ ਫਿਰ ਤਾਂ ਮਾਇਆ ਜੇ ਰਹਿ ਗਿਆ, ਮਾਇਆ ਧਾਰੀ ਹੋ ਰਹਿ ਗਿਆ। ਠੀਕ ਹੈ, ਨੌ ਨਿਧੀ ਨਵਾਂ ਖਜ਼ਾਨਾ ਮਿਲ ਜਾਂਦਾ ਬ੍ਰਹਮ ਗਿਆਨ ਦਾ, ਆਤਮ ਗਿਆਨ ਦਾ। ਨੌ ਨਿਧੀ ਹੁੰਦਾ, ਨੌ ਨਿਧੀ ਅੰਮ੍ਰਿਤ ਪ੍ਰਭ ਕਾ ਨਾਮ, ਇਹ ਪ੍ਰਭ ਕਾ ਨਾਮ ਹੈ, ਇਹੀ ਨੌ ਨਿਧੀ। ਦੀਦੀ ਇੱਕ ਵਚਨ ਹੈ, ਇਹਨਾਂ ਨੇ ਨੌ ਖਜ਼ਾਨੇ ਕਿਵੇਂ ਕਰਤੇ? ਦੀਦੀ ਤਾਂ ਇੱਕ ਵਚਨ ਹੈ। ਹਾਂਜੀ, ਹਾਂ, ਪ੍ਰਭ ਦਾ ਨਾਮ ਲੱਗਿਆ ਹੋਇਆ ਇਹਦੇ ਨਾਲ। ਨੌ ਦੀਦੀ ਅੰਮ੍ਰਿਤ ਪ੍ਰਭ ਦਾ ਨਾਮ, ਨਵਾਂ ਖਜ਼ਾਨਾ ਨਾਮ ਹੈ, ਇਹੀ ਨੌ ਦੀਦੀ ਹੈ। ਦੀਦੀ ਇੱਕ ਵਚਨ ਹੈ, ਨੌ ਦੀਦੀਆਂ ਅਰਥ ਕਰਤਾ ਸਾਲ ਸੋਨੇ ਵਿਆਕਰਨ ਬਣਾਈ ਸੀ। ਵਿਆਕਰਨ ਕਾਹਦੇ ਛੱਡ ਗਿਆ ਫਿਰ ਇੱਥੇ? ਜਾਂ ਜਾਣ ਬੁੱਝ ਕੇ ਬਲੈਕਮੇਲ ਕੀਤਾ ਸਾਨੂੰ, ਜਾਂ ਫਿਰ ਮੂਰਖੇ ਸੀ ਉਹ। ਜਾਂ ਤੂੰ ਕੌਣ ਹੈ? ਜੀਵ ਨੂੰ ਕਿਹਾ ਗਿਆ ਪਰਮੇਸ਼ਰ ਦਾ ਕਹਾਰ ਹੈ, ਬੋਲ ਕੋਈ ਰਿਹਾ ਉਹਦਾ ਕਹਾਰ ਹੈ। ਅੱਛਾ ਜੀ, ਉਹ ਸਿੱਧਾ ਆਪੇ ਕਹਿਣ ਲੱਗ ਜੀ, ਕਹਾਉਣ ਵਾਲੇ ਦਾ ਵਿੱਚੋਂ ਨਿਕਲ ਗਿਆ, ਉਹ ਤਾਂ ਕਹਾਉਣ ਵਾਲਿਆਂ 'ਚ ਰਹੂਗਾ, ਆ ਡਾਇਰੈਕਟ ਨਹੀਂ ਕਹਿ ਸਕਦਾ ਕੁਝ ਵੀ ਉਹ। ਅੱਛਾ ਜੀ, ਮਿਹਰਬਾਨ ਫਿਰ ਕੌਣ ਹੈ? ਜਾਂ ਤੂੰ ਤੁਸੈ ਮਿਹਰਬਾਨ, ਮਨ ਨੂੰ ਕਹੋ। ਕਿਉਂ ਮੈਂ ਮਨ ਕਾਤੇ ਕਹਿਤਾ, ਚਿੱਤ ਕਿਉਂ ਨਹੀਂ ਕਿਹਾ? ਉਹ ਚਿੱਤ ਤਾਂ ਰੋਜ਼ੇ ਘਰ ਰਹਿੰਦਾ, ਘਰ ਦਾ ਫਾਵੜਾ ਇਹ ਨਹੀਂ ਸੀ ਰਹਿੰਦਾ। ਅੱਛਾ ਜੀ, ਆਹੋ, ਹੁਣ ਦੱਸਿਆ ਹੈ, ਹੁਣ ਬੰਦੇ ਮਸਾਂ ਮਾਂ ਦੀ ਗੱਲ ਮਸਾਂ ਮੰਨੇ, ਮਿਹਰਬਾਨ ਹੋਇਆ। ਓਏ, ਕੱਲੇ ਖਾਤਰੇ ਟੱਬਰ ਫਸਿਆ ਪਿਆ ਸੀ ਜੇਲ੍ਹ 'ਚ, ਟੱਬਰੇ ਛੁੱਟ ਜੂ। ਠੀਕ ਹੈ ਜੀ, ਜਾਂ ਤੂੰ ਤੁਸੈ ਮਿਹਰਬਾਨ ਤਾਂ ਗੁਰ ਕਾ ਮੰਤਰ ਕਮਾਏ। ਗੁਰ ਕਾ ਮੰਤਰ ਕਿਹਨੇ ਕਮਾਉਣਾ? ਐਸੇ ਨੇ ਕਮਾਉਣਾ ਮਨ। ਹਾਂਜੀ, ਮਨ ਨੇ ਕਮਾਉਣਾ, ਪਾਣੀ 'ਚ ਚੱਲਣਾ, ਇਹਦੇ ਹੀ ਚੱਲਣਾ। ਠੀਕ, ਇਹੀ ਟ੍ਰੈਸਪਾਸ ਕਰਦਾ। ਹਾਂਜੀ, ਜਾਂ ਤੂੰ ਤੁਸੈ ਮਿਹਰਬਾਨ ਤਾਂ ਨਾਨਕ ਸੱਚ ਸਮਾਹੀ। ਨਾਨਕ ਕਹਿੰਦਾ ਸੱਚ ਚ ਸਮਾਜੇ ਨਾ, ਤੂੰ ਵੀ ਸਾਰੀ ਗੱਲ ਮਨ ਤੇ ਹੀ ਆ ਗਈ ਨਾ। ਹਾਂਜੀ, ਮਨ ਚ ਤਸੱਲੀ ਹੋ ਗਈ ਨਾ, ਮਨ ਨੂੰ ਕਹੀ ਹੋਈ ਗੱਲ। ਹਾਂਜੀ, ਬਸ ਇਹਦੇ ਵਾਸਤੇ ਮਿਹਰਬਾਨ ਲਫ਼ਜ਼ ਆਇਆ, ਪ੍ਰਭ ਨਹੀਂ ਆਇਆ। ਆਪਾਂ ਕਹਿੰਦੇ ਸਾਡੇ ਤੇ ਕਿਰਪਾ ਕਰ, ਨਿਆਣੇ ਨੂੰ ਨਹੀਂ ਕਹਿੰਦੇ। ਹਾਂਜੀ, ਤੂੰ ਆ ਗੱਲ ਮੰਨ ਲੈ, ਪੜ੍ਹ ਲੈ, ਪੜ੍ਹ ਲੈ, ਕਿਰਪਾ ਕਰ ਸਾਡੇ ਤੇ, ਸਾਡੇ ਹਾਲ ਤੇ ਰਹਿਮ ਕਰ ਕੁਛ। ਠੀਕ ਹੈ ਜੀ, ਅਸੀਂ ਕੀ ਕਰ ਰਹੇ ਹਾਂ ਤੇਰੇ ਖਾਤਰ, ਤੂੰ ਕੀ ਕਰ ਰਹੇ ਕਹਿ ਦਿੰਦੇ। ਹਾਂਜੀ, ਨਹੀਂ, ਕਲੀਅਰ ਹੋ ਗਈ ਜੀ ਗੱਲ। ਮਹੱਲਾ ਪੰਜਵਾਂ। ਕਿੱਤੀ ਬਹਿਣ ਬਹਿਣੇ ਮੁੱਚ ਵਜਾਇਨ ਵੱਜ, ਨਾਨਕ ਸੱਚੇ ਨਾਮ ਬਿਨ ਕਿਸੇ ਨਾ ਰਹੀਆ ਲੱਜ। ਕਿੱਤੀ ਬਹਿਣੀ ਬਹਿਣੇ, ਸਾਲ ਦੇ ਵਿੱਚ ਬਹੁਤ ਸਾਰੀਆਂ ਮੱਤਾਂ ਨੇ। ਹਾਂਜੀ, ਵੱਡੀਆਂ ਵੀ ਨੇ, ਛੋਟੀਆਂ ਵੀ ਨੇ, ਬਹਿਣ ਵੀ ਨੇ, ਛੋਟੇ ਦਰਿਆ ਵੀ ਨੇ, ਨਦੀਆਂ ਨਾਲੇ ਵੀ ਨੇ। ਅੱਛਾ, ਬਹਿਣ ਬਹੁਤ ਨੇ, ਬਹੁਤ ਉਪਦੇਸ਼ਕ ਨੇ, ਬਹੁਤ ਬਹੁਤ ਲੋਕ ਉਹਨਾਂ ਦੇ ਨਾਲ ਨੇ। ਠੀਕ ਹੈ, ਜਿੰਨੀਆਂ ਭੀੜਾਂ ਨਾਲ ਜ਼ਿਆਦਾ ਵੱਡੇ ਵੱਡੇ ਦਰਿਆ ਨੇ ਉਹ, ਬਹਿਣ ਬਹਿਣੇ ਬਹਿਰ ਬਹੁ ਨੇ, ਉਹ ਦਰਿਆ ਨੇ। ਦਰਿਆ ਨਹੀਂ ਕਿਹਾ, ਦਰਿਆ ਇਸੇ ਨੂੰ ਕਿਹਾ ਹੋਇਆ। ਬਹਿਣੇ ਕਹਿ ਤੌਲ ਬਹਿਣੇ, ਫਿਰ ਗੁਰ ਨੂੰ ਦਰਿਆ ਕਿਹਾ ਹੋਇਆ, ਇਹਨਾਂ ਫਰਕ ਹੈ। ਮੁੱਚ ਵਜਾਇਨ ਵੱਜ, ਉੱਚੇ ਮੋਟੇ ਮੋਟੇ ਨੇ ਪਰ ਵਜਾਈ ਵੱਜਦੇ ਨੇ ਸਾਰੇ, ਦੁਨੀਆ ਵਜਾਈ ਵੱਜਦੀ, ਤੂੰ ਵੀ ਵੱਜੇ ਨਾਲ ਆਓ।
ਆ ਦੁਨੀਆ ਵਜਾਉਂਦੀ ਆ ਉਹਨੂੰ, ਮਾਇਆ ਦੇ ਬਜਾਏ ਵੱਜਦੇ ਨੇ ਢੋਲ ਸਾਰੇ, ਲੋਭ ਲੈਣ ਨਾਲੇ ਵੱਜਦੇ ਨੇ, ਕੋਈ ਕ੍ਰੋਧ ਨਾਲ ਵੱਜਦਾ, ਕੋਈ ਲੋਭ ਨਾਲ ਵੱਜਦਾ, ਕੋਈ ਮੋਹ ਨਾਲ ਵੱਜਦਾ। ਚੜਦੇ ਨੇ ਚੜਾਈਆਂ ਮੁਸਲਮਾਨਾਂ ਨੇ ਤੂਫਾਨ ਠਾੜਿਆ ਦੀ, ਠੀਕ ਹੈ, ਢਾਵੇ ਚੜ ਕੇ ਦਰਿਆਏ ਸੀ ਇਹ ਮੁਰਕੀ ਸੀ। ਨਾਨਕ ਸੱਚੇ ਨਾਮ ਬਿਨ ਕਿਸੇ ਨਾ ਰਹੀਆ ਲੱਜ, ਪਰ ਨਾਮ ਤੇ ਬਿਨਾ ਲੱਜ ਨਹੀਂ ਰਹੀ। ਲੱਜ ਇਹਨਾਂ ਦੀ ਵੀ ਦਿਲ ਲੱਜ ਹੋ ਗਏ ਆ ਕੇ ਹਿੰਦੁਸਤਾਨ ਚ, ਗੁਰਮਤ ਨੇ ਦਿਲ ਲੱਜ ਕਰਤੇ, ਜਫਰਨਾਮੇ ਨੇ ਦਿਲ ਲੱਜ ਕਰਤਾ। ਆਖਰੀ ਬਾਦਸ਼ਾਹ ਔਰੰਗਜ਼ੇਬ ਜਿਹੜਾ ਟੋਪੀਆਂ ਬਣਾ ਕੇ ਰੋਟੀ ਖਾਂਦਾ ਸੀ, ਖਜ਼ਾਨੇ ਚੋਂ ਪੈਸਾ ਨਹੀਂ ਸੀ ਲੈਂਦਾ, 24 ਘੰਟੇ ਮਾਲਾ ਹੱਥ 'ਚ ਰੱਖਦਾ ਸੀ, ਕਹਿੰਦਾ ਸੀ ਸਾਰਿਆਂ ਨੂੰ ਇੱਕ ਬਣਾ ਕੇ ਛੱਡੂਗਾ ਮੈਂ ਅਵਤਾਰ, ਦਿਲ ਲੱਜ ਕਰਤਾ, ਲਾਜ ਚੱਕੀ ਗਈ, ਆਖਿਰ ਮੰਨਣਾ ਪਿਆ ਵੀ ਮੈਂ ਗਲਤ ਹਾਂ ਤੂੰ ਠੀਕ ਹੈ। ਠੀਕ ਹੈ ਜੀ, ਕੋਈ ਬਹਿਣ ਅੱਜ ਤੱਕ ਲਾਜ ਨਹੀਂ ਬਚਾ ਸਕਿਆ ਸਿਵਾਏ ਗੁਰਮਤਿ ਤੇ। ਕਿਸੇ ਨਾ ਰਹੀਆਂ ਲੱਜ, ਕਿਸੇ ਦੀ ਲੱਜ ਨਹੀਂ ਰਹੀ ਅੱਜ ਤੱਕ, ਕਾਲ ਦੇ ਸਾਹਮਣੇ ਕਿਸੇ ਦੀ ਇੱਜ਼ਤ ਨਹੀਂ ਬਚੀ, ਸਾਰੇ ਬੇਪਰਦ ਕਰਤੇ ਕਾਲ ਨੇ। ਬੇਪਰਦ ਕਵੇ ਨੰਗਾ ਦੋਜਕ ਚਾਲਿਆ, ਆ ਕਪੜਾ ਲਾ ਕੇ ਨੰਗੇ ਕਰਕੇ ਦੋਸਤ, ਨਜ਼ਰ ਸਿੰਘ ਜੀ ਨੂੰ ਲੁੱਦਾ ਕਰਕੇ ਸ਼ਹਿਰ ਚ ਘਵਾਂਗੇ ਦੀ ਲੱਜ ਰਹਿ ਜਾਂਦੀ ਹੈ। ਨੰਗਾ ਦੋਜਕ ਚਾਲਿਆ ਤਾਂ ਦਿਸੇ ਖਰਾ ਡਰਾਵਣ, ਕਰ ਔਗਣ ਪਛੋਤਾਵਣ। ਇਹ ਗੱਲ ਦੀ ਵਿਆਖਿਆ ਹੈ, ਇਹ ਉਹਦੀ ਵਿਆਖਿਆ, ਉਹਦੀ ਵਿਆਖਿਆ। ਠੀਕ ਹੈ ਜੀ। ਪੌੜੀ ਤੁਧ ਧਿਆਨ ਬੇਰ ਕਿਤੇਬਾਂ ਸਣ ਖੜੇ, ਗਣਤੀ ਗਣੀ ਨਾ ਜਾਏ ਤੇਰੇ ਦਰ ਪੜੇ। ਅਧੂਏ ਬੇਦ ਕਿਤੇਬਾਂ ਵਾਲੇ ਆ ਕੇ ਕਹਿੰਦੇ ਤੈਨੂੰ ਤੇ ਉਹਨਾਂ ਨੇ ਦਰ ਖੜੇ, ਇਹ ਵੀ ਤੇਰੇ ਪਾਠ ਕਰੀ ਜਾਂਦੇ ਨੇ, ਇੱਕ ਲੱਤ ਭਾਰ ਕੋਈ ਪੁੱਠਾ ਲਟਕੇ ਕਰਦਾ ਤੇਰੇ ਦਰ ਖੜੇ। ਇਹ ਇੱਥੇ ਹੁਣ ਕਿਹਦੀ ਗੱਲ ਹੋ ਰਹੀ ਹੈ? ਹਿੰਦੂ ਵੀ ਨੇ ਵਿੱਚ ਮੁਸਲਮਾਨ ਵੀ ਨੇ, ਇਹਨਾਂ ਦੇ ਕਿਤੇਬਾਂ ਮੁਸਲਮਾਨ ਆ ਕੇ ਇਹਨਾਂ ਦੇ ਸਣੇ ਖੱਥਾਂ 'ਚ ਕਿਤੇਬਾਂ ਨੇ, ਜਵਾਨੀ ਰੀਹਣ ਪਾਠ ਕਰਦੇ ਨੇ, ਸਾਰੇ ਕਿਤੇਬਾਂ ਲੈ ਕੇ ਖੜੇ ਤੇਰੇ ਦਸਤੇ ਪਾਠ ਕਰਦੇ ਨੇ, ਧਿਆਨ ਨਾਲ ਕਰਤਾ ਤੇਰਾ ਹੀ ਧਰਕੇ ਕਰਦੇ ਨੇ ਵੀ ਕੁਝ ਮਿਲੂਗਾ। ਠੀਕ ਹੈ ਜੀ। ਸੰਸਾਰ ਦੀ ਤਾਂ ਕਾਰ ਹੈ, ਬਾਅਦ ਚ ਤਾਂ ਦੱਸੇ ਦਿੰਦੇ ਨੇ ਕਾਰ, ਜਾਂ ਅਰਦਾਸ ਕਰਦੇ ਨੇ, ਕਾਰ ਤਾਂ ਆਪੇ ਦੱਸ ਦਿੰਦੇ ਨੇ ਉਹ ਕੀ ਹੈ, ਮਨੋਰਥ ਕੀ ਸੀ ਉਹ ਤਾਂ ਆਪੇ ਦੱਸ ਦਿੰਦੇ ਨੇ, ਪੁੱਛਣ ਦੀ ਲੋੜ ਹੈ ਨਹੀਂ, ਉਹਨੇ ਲੋਕਾਂ ਰੱਖਦੇ ਨੇ ਬੇਈਮਾਨ ਦੀ ਅਨਵਾਦ। ਗਣਤੀ ਗਣੀ ਨਾ ਜਾਏ ਤੇਰੇ ਦਰ ਪੜੇ, ਕਿੰਨੇ ਤੇਰੇ ਦਸਤੇ ਪੜੇ ਨੇ, ਉਹਨਾਂ ਦੀ ਗਿਣਤੀ ਗਣੀ ਨਹੀਂ ਜਾ ਸਕਦੀ, ਕਿੰਨੇ ਲੋਕ ਇਹ ਕੰਮ ਲੱਗੇ ਹੋਏ ਨੇ ਧਰਮ ਦੇ, ਇਹਦੀ ਵੀ ਗਿਣਤੀ ਨਹੀਂ ਦੱਸੀ ਜਾ ਸਕਦੀ। ਅੱਛਾ ਜੀ। ਕੋਈ ਕਿਸੇ ਧਰਮ ਨਾਲ ਜੁੜਿਆ, ਕੋਈ ਕਿਸੇ ਨਾਲ ਜੁੜਿਆ, ਕੋਈ ਕਿਸੇ ਨਾਲ ਜੁੜਿਆ, ਕੋਈ ਕਿਸੇ ਨਾਲ ਜੁੜਿਆ, ਆਪਣੇ ਆਪ ਜੋ ਧਰਮ ਹੀ ਕਰ ਰਹੇ। ਬ੍ਰਹਮੇ ਤੁਧ ਧਿਆਨ ਇੰਦਰ ਇੰਦਰਾਸਣਾ, ਸ਼ੰਕਰ ਬਿਸ਼ਨ ਅਵਤਾਰ ਹਰ ਜਸ ਮੁਖ ਪਣਾ। ਬ੍ਰਹਮੇ ਜਿੰਨੇ ਨੇ ਬ੍ਰਹਮੇ ਉਹ ਵੀ ਧਿਆਨ ਤੇਰੇ ਚ ਰੱਖਦੇ ਨੇ, ਵੀ ਤੈਨੂੰ ਧਿਆਉਂਦੇ ਨੇ। ਬ੍ਰਹਮੇ ਇੱਥੇ ਪਲੂਰਲ ਹੋ ਗਿਆ, ਤੋਂ ਵੱਧ ਹੋ ਗਿਆ। ਹਾਂ, ਬ੍ਰਹਮਾ ਕਿਤੇ ਇੱਕ ਹੈ, ਬ੍ਰਹਮ ਕੇ ਆਲੂ ਜੋ ਪੜਦੇ ਨੇ ਸਾਰੇ ਬ੍ਰਹਮੇ ਹੀ ਨੇ, ਜੋ ਸ਼ਬਦ ਵਿਚਾਰ ਚ ਲੱਗੇ ਨੇ ਸਭ ਬ੍ਰਹਮੇ ਹੀ ਨੇ। ਠੀਕ ਹੈ ਜੀ। ਬ੍ਰਹਮੇ ਤੁਧ ਧਿਆਨ ਇੰਦਰ ਇੰਦਰਾਸਣਾ, ਇੰਦਰ ਆਪਣੇ ਹਸਣ ਤੇ ਬੈਠੇ ਤੇਰਾ ਧਿਆਨ ਰੱਖਦੇ ਨੇ, ਸ਼ੁਕਰ ਗੁਜ਼ਾਰ ਹੈ ਦੇਖੋ ਮੈਨੂੰ ਰਾਜ ਦੇ ਦਿੱਤਾ, ਮੇਰਾ ਰਾਜ ਕਾਇਮ ਰੱਖੀ, ਦਰਦਾ ਰਹਿੰਦਾ ਵਿਚਾਰਾ। ਠੀਕ ਹੈ ਜੀ। ਸ਼ੰਕਰ ਬਿਸ਼ਨ ਅਵਤਾਰ ਹਰ ਜਸ ਮੁਖਪਣਾ, ਸ਼ੰਕਰ ਬਿਸ਼ਨ ਅਵਤਾਰ ਉਹ ਵੀ ਹਰ ਜਸ ਤੇਰਾ ਜਸ ਗਾਉਂਦੇ ਨੇ, ਇਹਦਾ ਮਤਲਬ ਤੇਤੋਂ ਸਾਰੇ ਛੋਟੇ ਨੇ, ਇੱਕ ਗੱਲ ਤਾਂ ਕਹਿਤੀ ਨਾ। ਇਹ ਪਰਮੇਸ਼ਰ ਦੀ ਗੱਲ ਹੋ ਰਹੀ ਹੈ ਜੀ? ਹਰੇ ਬੜਾ ਉਹਨਾਂ ਦਾ, ਪਰਮੇਸ਼ਰ ਤਾਂ ਛੱਡੋ ਤੁਸੀਂ। ਅੱਛਾ ਜੀ।
ਉਹਨਾਂ ਦੀ ਅੰਤਰਾਤਮਾ ਉਹਨਾਂ ਨੂੰ ਬੜੀ ਹੈ, ਉਹਨਾਂ ਦੇ ਵੀ ਅੰਤਰਾਤਮਾ ਉਹਨਾਂ ਨੂੰ ਬੜੀ ਹੈ, ਖੁਦ ਉਹ ਗਾਈਡ ਕਰ ਰਹੀ ਹੈ ਉਹਨਾਂ ਨੂੰ। ਪਰਮੇਸ਼ਰ ਤਾਂ ਅੱਗੇ ਚਲਾ ਗਿਆ, ਉਹ ਵੀ ਮਾਮੂਲੀ ਜੀਵ ਨੇ ਸਾਡੇ ਵਰਗੇ, ਠੀਕ ਹੈ ਜੀ। ਸਾਡੇ ਆਰ ਉਹਨਾਂ 'ਚ ਕੋਈ ਫਰਕ ਨਹੀਂ ਹੈ, ਸਾਡੇ ਲੈਵਲ ਦੇ ਹੀ ਨੇ ਉਹ। ਜਿਹਨਾਂ ਜਨਮ ਲੈ ਲਿਆ, ਜਿਹੜਾ ਆਦਮੀ ਬਣ ਗਿਆ, ਉਹ ਕਲਾਸ ਕੋਈ ਚੌਥੀ ਜਾਂ ਕੋਈ ਅੱਠਵੀਂ ਜਾਂ ਕੋਈ ਬਾਰਵੀਂ ਜਾਂ ਕੋਈ ਪਹਿਲੀ ਜਾਂ ਕੋਈ ਦੂਜੀ ਜਾਂ, ਪੜ੍ਹਦੇ ਤਾਂ ਸਾਰੇ ਹੀ ਨੇ। ਸ਼ੰਕਰ ਵਿਸ਼ਨ ਅਵਤਾਰ ਹਰ ਜਸ ਮੁਖ ਪਣਾ, ਅਮੁਖ ਤੋਂ ਹਰ ਜਸ ਉਹ ਵੀ ਕਰਦੇ ਨੇ, ਠੀਕ ਹੈ ਜੀ। ਪੀਰ ਪਿਕੰਬਰ ਸੇਖ ਮਸਾਇਕ ਔਲੀਏ, ਪੋਤ ਪੋਤ ਨਿਰੰਕਾਰ ਘਟ ਘਟ ਮੌਲੀਏ। ਜਿਹਨੇ ਮੁਸਲਮਾਨਾਂ ਨੇ ਪੀਰ ਪਿਕੰਬਰ ਔਲੀਏ ਮਸਾਇਕ ਇਹ ਵੀ ਸਾਰੇ ਤੇਰੇ ਨਾਲ ਜੁੜੇ ਨੇ, ਉਹਨਾਂ ਦੇ ਵੀ ਮਨ ਤੇਰੇ ਕਰਕੇ ਭਿੱਜੇ ਹੋਏ ਨੇ, ਇਹਨਾਂ ਦੇ ਮਨ ਭਿੱਜੇ ਦਿਖਾਤਾ, ਇਹਨਾਂ ਦੇ ਉੱਤੇ ਅਸਰ ਹੈ, ਇਹਨਾਂ ਦੇ ਉੱਤੇ ਅਸਰ ਦਿਖਾਇਆ ਹੋਇਆ, ਉਹਨਾਂ ਦੇ ਅਸਰ ਦਿਖਾਇਆ ਨਹੀਂ ਹੋਇਆ। ਦੇਖੋ ਪੜਦੇ ਨੇ ਖੁਸ਼ਕ ਨੇ ਉਹ ਸਾਰੇ, ਅੱਛਾ ਜੀ, ਵੇਦ ਕਿਤਾਬਾਂ ਸਣੇ ਖੁਸ਼ਕ ਨੇ, ਇਹ ਬੋਲੀਏ ਦਿਖਾਇਆ ਹੋਇਆ ਕਿ ਕਾਣੇ ਨੇ ਨਾ ਹੈ, ਉਹ ਜੁੜੇ ਹੋਏ ਨੇ ਮਿੱਟੀ ਨਾਲ ਬਾਹਰ, ਅੱਛਾ ਜੀ, ਉਹ ਜੁੜੇ ਹੋਏ ਨੇ ਮਾਇਆ ਨਾਲ, ਇਹ ਮਾਇਆ ਨਾਲ ਨਹੀਂ ਜੁੜੇ ਹੋਏ, ਇਹ ਬੋਲੀਏ ਨੇ, ਇਹਨਾਂ ਦਾ ਅੰਦਰ ਭਿੱਜਿਆ ਹੋਇਆ ਥੋੜਾ ਬਹੁਤ, ਇਹਨਾਂ ਦੇ ਉੱਤੇ ਅਸਰ ਹੈ, ਉਹਨਾਂ ਦੇ ਅਸਰ ਬਿਲਕੁਲ ਵੀ। ਬਾਟੋਲ ਨੇ ਤਾਂ ਭਰਪਲਾਈ, ਜਿੰਨਾ ਚਿਰ ਬਾਟੋਲ ਦੇ ਨੇ ਭਰਪਲਾਈ ਹੈ, ਸਾਰਾ ਸੁੱਕਾ ਖੁਸ਼ਕੀ ਹੈ, ਠੀਕ ਹੈ ਜੀ। ਪੋਤ ਪੋਤ ਨਿਰੰਕਾਰ ਘਟ ਘਟ ਮੌਲੀਏ, ਨਿਰੰਕਾਰ ਤਾਂ ਸਾਲਿਆਂ ਦੇ ਵਿੱਚ ਉਸ ਬਹੁਤ ਹੈ, ਉਹਦਾ ਉਸ ਬਹੁਤ ਹੈ, ਉੱਥੇ ਉਹਦਾ ਅਸਰ ਵੀ ਹੈ, ਉਹਨਾਂ ਖਿਰਦਾ ਭਿੱਜਿਆ ਹੋਇਆ ਕਿਸੇ ਦਾ, ਠੀਕ ਹੈ, ਜਿੰਨਾ ਕਿਸੇ ਨੇ ਮੰਨਿਆ ਹੋਇਆ ਉਹਨਾਂ ਖਿਰਦਾ ਉਹਦਾ ਭਿੱਜਿਆ ਹੋਇਆ, ਚਾਹੇ ਉਹ ਹਿੰਦੂ ਹੈ, ਚਾਹੇ ਉਹ ਬੋਧੀ ਹੈ, ਚਾਹੇ ਮੁਸਲਮਾਨ ਹੈ। ਇੱਕ ਗੱਲ ਗੋਲ ਬੋਲ ਕਰਤੀ, ਇਹਦਾ ਮਤਲਬ ਇਹ ਨਹੀਂ ਵੀ ਸਾਰੇ ਹੀ ਖੁਸ਼ ਕਰੇ, ਜਿੱਥੇ ਉਹ ਬਹੁਤ ਨਿਰੰਕਾਰ ਹੈ, ਜਿੱਥੇ ਨਿਰੰਕਾਰ ਕਰਕੇ ਜਿਹੜੇ ਹਿਰਦੇ ਨੇ ਉਹਨੂੰ ਬੁਲਦੇ ਆ, ਉਹਦਾ ਹਿਰਦਾ ਭਿੱਜਿਆ ਹੋਇਆ, ਠੀਕ ਹੈ। ਕੂੜੋਂ ਕਰੇ ਵਿਨਾਸ਼ ਧਰਮ ਤੱਗੀ ਹੈ, ਜਿਤ ਜਿਤ ਲਾਈਏ ਆਪ ਤਿਤ ਤਿਤ ਲੱਗੀ ਹੈ। ਕੂੜੋਂ ਕਰੇ ਵਿਨਾਸ਼ ਕੂੜ ਕੀ ਹੈ, ਜਿੰਨਾ ਜਿਹੜੇ ਸਰੀਰ ਨਾਲ ਜੁੜਿਆ ਕੂੜ ਨਾਲ ਜੁੜਿਆ ਇਹਦਾ ਨਾਸ਼ ਕਰਨਾ ਹੀ ਕਰਨਾ ਹੈ। ਕੂੜੋ ਕਰੇ ਵਿਨਾਸ਼ ਧਰਮੇ ਤੱਗੀ ਹੈ, ਧਰਮ ਦੇ ਧਾਗੇ ਦੇ ਨਾਲ ਜੋੜਦਾ ਹੈ, ਕੂੜ ਤੋਂ ਤੋੜ ਕੇ, ਅੱਛਾ ਜੀ, ਬਾਹਰੋਂ ਤੋੜ ਕੇ ਅੰਦਰ ਜੋੜਦਾ ਹੈ ਸੱਚ ਨਾਲ, ਅੰਦਰ ਧਰਮ ਰਾਜ ਹੈ ਨਾ, ਠੀਕ ਹੈ ਜੀ। ਵੈਸੇ ਸਾਰੇ ਹੀ ਲੋਕ ਬਾਹਰੋਂ ਤੋੜ ਕੇ ਅੰਤਰਾਤਮਾ ਦੀ ਆਵਾਜ਼ ਨਾਲ ਜੋੜਨ ਦੀ ਗੱਲ ਕਰਦੇ ਨੇ, ਠੀਕ ਹੈ ਜੀ, ਸਾਰੇ ਹੀ ਕਰਦੇ ਨੇ। ਜਿਤ ਜਿਤ ਲਾਏ ਹੈ ਆਪ ਤਿਤ ਤਿਤ ਲੱਗੀ ਹੈ, ਜਿੱਦਾਂ ਜਿੱਦਾਂ ਲਾਏ ਨੇ ਉਧਰ ਉਧਰ ਲੱਗੇ ਨੇ, ਮੂੰਹੋਂ ਮੰਨਦੇ ਨੇ ਕਰਦੇ ਨੇ ਕੁਛ ਹੋਰ, ਉਚਰਤ ਕੁਛ ਹੋਰ, ਕਰਮ ਕੁਛ ਹੋਰ ਹੈ, ਜਨ ਮਨ ਹੋਰ ਮੁਖ ਹੋਰ, ਐਸੇ ਵੀ ਹੈਗੇ। ਜਿੱਤ ਜਿੱਤ ਲਾਏ ਆਪ ਆਪ ਹੈਗਾ, ਜਿਹਨੇ ਆਪੇ ਲਾਏ ਨੇ ਥੱਲੇ ਨੇ, ਹੋਰ ਕਿਹਨੇ ਲਾਏ ਨੇ, ਬੁੱਧੀ ਨੇ ਅਰਮਾਨ ਨੇ ਇਹਨਾਂ ਚਿੱਤਾਂ ਨੇ, ਠੀਕ ਹੈ ਜੀ, ਇਕੱਠੇ ਹੋ ਕੇ ਲਾਏ ਨੇ ਉਹਦੇ ਲੱਗੇ, ਠੀਕ ਹੈ ਜੀ।